ਚੱਲ ਯਾਰ ਚੌਧਰੀ ਕੋ ਚੱਲੇ ਆ ਮਾਜ ਅੱਦ ਕੇ ਅੱਧ ਕੱਟ ਵੀ ਇਹ ਕੀ ਮਾਜ ਅੱਦ ਕੱਦ ਤੂੰ ਅਗਲੇ ਦਿਨ ਆਂਦਾ ਪਿਆਈ ਨਾ ਵੀ ਬਾਬਾ ਯਾਰ ਤੂੰ ਫਿੱਟ ਕਿਉਂ ਰਹਿਣਾ ਇਹਨਾਂ ਹਾਂ ਆਵੇ ਦੇਸੀ ਘਿਓ ਦੇ ਵਿੱਚ ਚੂਰੀ ਕੁੱਤੀ ਹੋਈ ਏ ਕਿਆ ਬਾਤ ਬਾਬਾ ਯਾਰ ਲੈ ਲਵਾਂ ਥੋੜੀ ਜੀ ਖਾ ਤੇ ਵੇਖ ਫਿਰ ਦੱਸੀ ਇਹਦੇ ਚ ਮਜ਼ੇ ਕਿੰਨੇ ਨੇ ਬਿਸਮਿਲ੍ਲਾ ਰਹਿਮਾਨ ਰਹੀਮ ਇਹ ਰਾਜ ਨਹੀਂ ਸਾਰੇ ਬਾਬੇ ਦੇ ਤਕੜਾ ਹੋਣ ਦੇ ਇਹ ਓਏ ਦੋ ਸ਼ਾਰ ਇੱਕ ਮਹੀਨਾ ਤਾਂ ਹੋਇਆ ਸੀ ਚੌਧਰੀ ਕੋਲ ਮੱਝ ਲਈ ਨੂੰ ਬਾਬਾ ਦੁੱਧ ਦਾ ਨਿਜ਼ਾਮ ਚੱਲਿਆ ਹੋਇਆ ਸੀ ਹੁਣ ਮੱਝ ਵੀ ਮਰ ਗਈ ਲੈ ਚੌਧਰੀ ਸਾਹਿਬ ਦਾ ਪੁੱਤਰ ਆ ਰਿਹਾ ਮਾਰਨ ਦੇ ਕੰਨ ਤੇ ਉੱਤਰ ਆ ਰਿਹਾ ਤੇ 88 EB ਇਹ ਸਕੂਲ ਦਾ ਮਾਹੌਲ ਚੈੱਕ ਕਰਨੇ ਆ ਵੀ ਕੈਸਾ ਬੜਾ ਖੂਬਸੂਰਤ ਮਾਹੌਲ ਹੈ ਜੀ ਅਸਲਾਮ ਵਾਲੇਕੁਮ ਗਾਈਜ਼ ਵੈਲਕਮ ਬੈਕ ਇੱਕ ਨਵੇਂ ਅਤੇ ਬਿਹਤਰੀਨ ਵਲੋਗ ਦੇ ਨਾਲ ਹੋ ਗਿਆ ਜੀ ਹਾਜ਼ਰ ਅਤੇ ਕੀ ਹਾਲ ਚਾਲ ਹੈ ਮੇਰੇ ਸਾਰੇ ਵੀਰਾਂ ਦਾ ਦੋਸਤਾਂ ਦਾ ਉਮੀਦ ਕਰਨੇ ਸਾਰੇ ਦੋਸਤ ਠੀਕ ਠਾਕ ਹੋਣਗੇ ਔਰ ਸਾਡੀ ਵੀ ਇਹ ਦੁਆ ਹੈ ਕਿ ਅੱਲਾਹ ਪਾਕ ਹਮੇਸ਼ਾ ਸਾਰੇ ਦੋਸਤਾਂ ਨੂੰ ਠੀਕ ਰੱਖੇ ਅੱਜ ਜੀ ਤੁਹਾਨੂੰ ਮਿਲਾਉਂਦੇ ਹਾਂ ਅੱਜ ਸਾਨੂੰ ਸਪੈਸ਼ਲੀ ਮਿਲਣ ਆਏ ਨੇ ਜੀ ਬੜਾ ਸਫ਼ਰ ਕਰਕੇ ਸਾਡੇ ਦੋ ਫੈਨ ਕਿ ਯਾਰ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਨੇ ਜਿਹੜੀਆਂ ਤੁਸੀਂ 1980 ਅਤੇ 2024 ਦਾ ਕੰਪੈਰੀਜ਼ਨ ਕਰਦੇ ਹੋ ਉਹ ਵੀਡੀਓ ਸਾਡੀਆਂ ਬੜੇ ਸ਼ੌਕ ਨਾਲ ਅਤੇ ਬੜੀ ਦੂਰ ਬਹਿ ਕੇ ਵੇਖਦੇ ਨੇ ਗੱਲਬਾਤ ਆਪਾਂ ਕਰਾਂਗੇ ਇਹਨਾਂ ਨਾਲ ਪੁੱਛਾਂਗੇ ਵੀ ਭਾਈ ਜੀ ਕਿੱਥੋਂ ਤਸ਼ਰੀਫ ਲੈ ਕੇ ਆਏ ਜੇ ਅਤੇ ਕਿਵੇਂ ਆਏ ਜੇ ਸਾਰੀ ਗੱਲਬਾਤ ਇਹ ਜੀ ਦੋ ਫੈਨ ਨੇ ਭਾਈ ਜੀ ਬੜੇ ਅੱਛੇ ਮਕੈਨਿਕ ਨੇ ਇਹ ਕਿਸ ਚੀਜ਼ ਦੇ ਭਾਈ ਜਾਨ ਮਾਸ਼ਾਅੱਲਾ ਜੀ ਰਿਕਸ਼ੇ ਦੀ ਮਕੈਨਿਕੀ ਜਿਹੜੀ ਬਹੁਤ ਅੱਛੀ ਮਾਸ਼ਾਅੱਲਾ ਪੂਰਾ ਇਹਨਾਂ ਦਾ ਉੱਥੇ ਆਪਣੇ ਸ਼ਹਿਰ ਦੇ ਵਿੱਚ ਰਿਕਾਰਡ ਹੈ ਮੈਂ ਇੱਕ ਦਫਾ ਉੱਥੇ ਗਿਆ ਵੀ ਸੀ ਅਤੇ ਜਿਹੜਾ ਬੜਾ ਮਾਸ਼ਾਅੱਲਾ ਇਹਨਾਂ ਦਾ ਕੰਮ ਕਿਉਂ ਜੀ ਬਿਹਤਰੀਨ ਕੰਮ ਕਿਵੇਂ ਆਦੀ ਜ਼ਬਾਨੀ ਦੱਸੋ ਕਿ ਕਿਵੇਂ ਸਾਡੇ ਕੋਲ ਤੁਹਾਡਾ ਆਉਣ ਹੋਇਆ ਕੀ ਹਿਸਾਬ ਕਿਤਾਬ ਹੈ ਅਸੀਂ ਬੜੇ ਦਿਨਾਂ ਤੋਂ ਜ਼ੇਨ ਲੜਾ ਰਹੇ ਸੀ ਅੱਛਾ ਤੁਹਾਡੇ ਕੋਲ ਚਲੀਏ ਹਾਂ ਬਸ ਫਿਰ ਕੱਲ੍ਹ ਜ਼ੇਨ ਬਣ ਗਿਆ ਸੀ ਆ ਗਿਆ ਤੁਹਾਡੇ ਕੋਲ ਬੜਾ ਲੰਮਾ ਸਫ਼ਰ ਕਰਕੇ ਠੀਕ ਮੋੜੋ ਮੋਟਰਸਾਈਕਲ 'ਤੇ ਆਏ ਹਾਂ ਇਸ ਮੋਟਰਸਾਈਕਲ 'ਤੇ ਆਏ ਨੇ ਜੀ ਠੀਕ ਮੋੜੋਂ ਜ਼ਿਲ੍ਹਾ ਕਸੂਰ ਹੈ ਜ਼ਿਲ੍ਹਾ ਕਸੂਰ 'ਚੋਂ ਜੀ ਆਰਫ ਵਾਲਾ ਆਏ ਨੇ ਜ਼ਿਲ੍ਹਾ ਪਾਕਪਤਨ ਦੇ ਵਿੱਚ ਅਤੇ ਇਹ ਵੀ ਇਹਨਾਂ ਦੀ ਮੁਹੱਬਤ ਹੈ ਵੀ ਚਲੋ ਸਾਨੂੰ ਇਹਨਾਂ ਨੇ ਇਸ ਕਾਬਲ ਸਮਝਿਆ ਸਾਡੇ ਕੋਲ ਤਸ਼ਰੀਫ ਲਿਆਏ ਸਾਡੀਆਂ ਵੀਡੀਓ ਕੈਸੀਆਂ ਲੱਗਦੀਆਂ ਨੇ ਤੁਹਾਡੀਆਂ ਵੀਡੀਓ ਬਹੁਤ ਅੱਛੀਆਂ ਲੱਗਦੀਆਂ ਨੇ ਅੱਛਾ ਮਜ਼ਾ ਆਉਂਦਾ ਬਿਲਕੁਲ ਜ਼ਾਹਰ ਹੈ ਜੀ ਤਾਂ ਹੀ ਇੰਨਾ ਪੰਦ ਕਰਕੇ ਆਏ ਨੇ ਭਾਈ ਜੀ ਆਪਣਾ ਤਾਰਫ ਥੋੜ੍ਹਾ ਜਿਹਾ ਕਰਾਓ ਦੱਸੋ ਅਦੀਲ ਅਲੀ ਅਦੀਲ ਅਲੀ ਤੁਹਾਡਾ ਨਾਂ ਕੀ ਜੀ ਮੁਹੰਮਦ ਅਤਾਉਲਾ ਮੁਹੰਮਦ ਅਤਾਉਲਾ ਚਲੋ ਇਹਨਾਂ ਨੇ ਵੀ ਜੀ ਕੰਮ ਸਟਾਰਟ ਕੀਤਾ ਨਵਾਂ ਚੈਨਲ ਹੈਗਾ ਸਾਡਾ ਯੂਟਿਊਬ 'ਤੇ ਅਦੀਲ ਅਲੀ ਓਫੀਸ਼ੀਅਲ ਅੱਛਾ ਚਲੋ ਬੜੀ ਗੱਲ ਹੈ ਜੀ ਅਤੇ ਇਹ ਬਾਕੀ ਜਿਹੜੀ ਜੀ ਟੀਮ ਜਿਹੜੀ ਹੈ ਮੇਰੀ ਬੈਠੀ ਹੈ ਬਾਬਾ ਨੂਰ ਸਮੰਦ ਬੈਠਾ ਜੀ ਬਾਬਾ ਨੂਰ ਸਮੰਦ ਅਤੇ ਇਹ ਸਾਡਾ ਇੱਕ ਤਰ੍ਹਾਂ ਦਾ ਸਟੂਡੀਓ ਹੈ ਸਟੂਡੀਓ 'ਤੇ ਅਸੀਂ ਪਹੁੰਚੇ ਹਾਂ ਬਾਬਾ ਨੂਰ ਸਮੰਦ ਵੇਖੋ ਜੀ ਮਹਿਮਾਨਾਂ ਵਾਸਤੇ ਉਹ ਇਹ ਪਲੇਟ 'ਤੇ ਕੂਲਰ ਲਾ ਦਿੱਤਾ ਹਵਾ ਵੀ ਆਵੇ ਠੰਡੀ ਠੰਡੀ ਸਾਰੇ ਮਹਿਮਾਨਾਂ ਨੂੰ ਜੀ ਜੀ ਆਉਂਦਿਆਂ ਨੂੰ ਜੀ ਠੀਕ ਹੈ ਇਹਨਾਂ ਦੀ ਬੜੀ ਮਿਹਰਬਾਨੀ ਜਿਹੜੇ ਵੀਡੀਓ ਵੇਖਦੇ ਨੇ ਅਤੇ ਅੱਜ ਸਾਡੇ ਫੈਨ ਮਾਸ਼ਾਅੱਲਾ ਜੀ ਮੇਰੇ ਡੇਰੇ 'ਤੇ ਆਏ ਬੈਠੇ ਨੇ ਮੈਂ ਜੀ ਬਾਬਾ ਨੂਰ ਸਮੰਦ ਖੁਦ ਬਕਲਮ ਖੁਦ ਬੋਲ ਰਿਹਾ ਨੂਰ ਮੁਸਤਫਾ ਕੁਰੈਸ਼ੀ ਨਾਥ ਮੁਸਤਫਾ ਨੂਰ ਸਮੰਦ ਉਰਫ ਨੂਰੀ ਨਾਥ ਨਵਾਂ ਆਇਆ ਸੋਹਣਿਆ ਹਾਏ 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 ਕਿਆ ਬਾਤ ਹੈ ਚਲੋ ਜੀ ਅੱਗੇ ਅੱਗੇ ਫਿਰ ਜਿਹੜਾ ਅੱਜ ਦਾ ਵਲੋਗ ਬੜਾ ਇੰਟਰਸਟਿੰਗ ਹੋਣ ਵਾਲਾ ਸਾਰੇ ਜਿਹੜਾ ਤੁਹਾਨੂੰ ਦਿਖਾਵਾਂਗੇ ਇਹਨਾਂ ਨਾਲ ਅਸੀਂ ਵੀਡੀਓ ਵੀ ਬਣਾਉਣੀ ਹੈ ਅਤੇ ਚਲੋ ਇਹਨਾਂ ਦੇ ਵੀ ਪੰਧ ਜਿਹੜਾ ਉਹ ਪੂਰਾ ਧੋਵੇ ਨਾ ਸਾਡੇ ਕੋਲ ਅਗਰ ਕੋਈ ਆਏ ਨੇ ਤਾਂ ਕੁਛ ਹਾਸਿਲ ਕਰਕੇ ਜਾਵਣ ਖਾਲੀ ਹੱਥ ਨਹੀਂ ਜਾਣ ਦੇਣਾ ਕਿਉਂ ਜੀ ਨਹੀਂ ਜੀ ਨਹੀਂ ਖਾਲੀ ਹੱਥ ਤੇ ਅਸੀਂ ਜਾਨਵਰਾਂ ਨੂੰ ਨਹੀਂ ਜਾਣ ਦਿੰਦੇ ਕੱਲ ਕਾਂ ਵੀ ਤੈਨੂੰ ਠੂੰਗਾ ਲਾ ਤੇ ਗਿਆ ਉਹ ਕਿੱਧਰ ਗਿਆ ਉਹ ਮੈਂ ਲੱਗਦਾ ਚੋਗਾ ਚੁਗਣ ਗਿਆ ਨਾ ਇੱਥੇ ਉਹਨਾਂ ਦਾ ਆਲਣਾ ਆਵਣਗੇ ਜ਼ਰੂਰ ਮਾਸ਼ਾਅੱਲਾ ਬਾਬਾ ਨੂਰ ਸਮਾਦ ਨੇ ਮਹਿਮਾਨਾਂ ਲਈ ਜਿਹੜੀ ਨਾ ਗੋਰਮੇ ਕੋਲਾ ਮੰਗਾ ਲਈ ਹੈ ਅਤੇ ਮਹਿਮਾਨ ਮਾਸ਼ਾਅੱਲਾ
ਪੀ ਰਹੇ ਨੇ ਜੀ। ਇਹ ਮੁਹੱਬਤ ਹੈ ਬਾਬੇ ਨੂਰ ਉਸਮਾਨ ਦੀ। ਕਿਉਂ ਜੀ? ਲਓ ਜੀ, ਕੋਈ ਗੱਲ ਨੀ, ਜਿਹੜਾ ਖਾਂਦਾ ਪੀਂਦਾ ਆਦੀ ਕਿਸਮਤ ਖਾਂਦਾ ਪੀਂਦਾ ਯਾਰ। ਉਹਨਾਂ ਨੇ ਕੌਣ ਕਿਸੇ ਨੂੰ ਲਿਆਂਦਾ, ਕਿਸਮਤ ਲਿਆਂਦੀ ਟੋਰ, ਹੱਥ ਕਾਦਰ ਦੇ ਡੋਰ, ਦਾਣਾ ਪਾਣੀ ਆਪੋ ਆਪਣਾ ਤੇ ਹੱਥ ਕਾਦਰ ਦੇ ਡੋਰ। ਭੁੱਲ ਗਿਆ ਥੋੜਾ ਜਿਹਾ, ਅਜੇ ਬਾਬਾ ਨਵਾਂ ਨਵਾਂ ਤੇ ਜਿਹੜਾ ਨਾ ਉਹ ਜਾਂਦੇ ਰਹੇ ਸੀ ਕਾਂ ਕਿਧਰੇ ਹੈਗਾ ਪਿਛਾਂ, ਤੇ ਅੱਜ ਫਿਰ ਬਾਬੇ ਨੂਰ ਉਸਮਾਨ ਦੇ ਪੇਸ਼ ਪੈ ਖੜੇ ਨੇ। ਵੇਖਦੇ ਆ ਵੀ ਕੀ ਕਰਦੇ ਨੇ ਬਾਬੇ ਨੂਰ ਉਸਮਾਨ ਦੇ ਨਾਲ। ਬਾਬਾ ਨੂਰ ਉਸਮਾਨ ਜਿਹੜਾ ਖੋਤੀ ਨੂੰ ਕਿਧਰੇ ਛਾਵੇਂ ਛਵੇਂ ਬੰਨਣ ਜਾਂਦਾ ਪਿਆ। ਕਾਂ ਵੀ ਦਾਲ ਲਾਊ ਏ, ਇਹ ਬੈਠਾ ਕਾਂ ਏ ਬੜਾ ਵੀ ਸ਼ਰਮ ਹੈ ਯਾਰ ਕਾਂ। ਇਹ ਚੈੱਕ ਕਰ ਸਕਦੇ ਹੋ ਜਿਹੜੇ ਸਾਡੇ ਫੈਨ ਨੇ, ਇਹਨਾਂ ਨੂੰ ਅਸੀਂ ਜਿਹੜਾ ਨਾ ਆਪਣੇ ਵਾਲਾ ਸਿਸਟਮ ਜਿਹੜਾ ਉਹ ਸਾਰਾ ਕਰਾ ਦਿੱਤਾ। ਇਹਨਾਂ ਨੂੰ ਅੱਜ 1980 'ਚ ਲੈ ਕੇ ਚੱਲੇ ਹਾਂ, ਅਤੇ ਬਾਅਦ 'ਚ ਇਹਨਾਂ ਦਾ ਐਕਸਪੀਰੀਅੰਸ ਜਿਹੜਾ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਵੀ ਸ਼ੂਟਿੰਗ ਕਰਕੇ ਵੀਡੀਓ ਬਣਾ ਕੇ ਇਹਨਾਂ ਨੂੰ ਕਿਹੋ ਜਿਹਾ ਲੱਗਿਆ। ਫਿਲਹਾਲ ਗੈਟਅਪ ਜਿਹੜਾ 1980 ਵਾਲਾ ਇਹਨਾਂ ਦਾ ਕਰ ਦਿੱਤਾ, ਕਿਉਂਕਿ 1980 ਦੇ ਹਾਲਾਤ ਜਿਹੜੇ ਨੇ ਸਟੋਰੀ ਤੋਂ ਇੱਕ ਲੈ ਦਿਓ, ਅਤੇ ਫਿਰ ਸਟੋਰੀ ਵੇਖੋਗੇ ਆਪੇ ਪਤਾ ਚੱਲ ਜਾਏਗਾ ਵੀ ਕਿਹੜੀ ਸਟੋਰੀ 'ਤੇ। ਯਕੀਨ ਹੈ ਜਿਹੜੇ ਨਾ ਮਜਲੀਆਂ ਮੁਜਲੀਆਂ ਬੰਨ ਕੇ ਬੱਚੇ ਤਿਆਰ ਹੋ ਗਏ ਨੇ। ਅਤੇ ਇਹ ਜੀ ਉੱਤੇ ਛਾਪਰ ਤਾਂ ਲਿਆ, ਬਾਰਿਸ਼ ਦਾ ਮੌਸਮ ਵੀ ਬਾਰਿਸ਼ ਹੈ, ਦਿਮਾਗ ਨਾ ਭੇਜ ਜਾਵੇ ਤਾਂ ਸਿਰ ਤੇ ਛਾਪਰ, ਇਹਦੇ ਕੰਨਾਂ 'ਚ ਪਾਣੀ ਨਾ ਪਵੇ। ਅੱਛਾ, ਇਹਦੇ ਕੰਨਾਂ 'ਚ ਪਾਣੀ ਪੈ ਜਾਂਦਾ ਨਾ, ਉਹ ਪਿਛਲੇ ਘਰ ਦਿਆਂ ਮੈਨੂੰ ਫੋਨ ਕੀਤਾ, ਭਾਈ ਸਾਡੇ ਬੰਦੇ 'ਤੇ ਛਾਪਰ ਚੜਾ ਦੇਈ, ਉਹ ਮੈਂ ਮੁੜ ਛਾਪਰ ਸਪੈਸ਼ਲ ਲਿਆ ਕੇ। ਠੀਕ ਹੋ ਗਿਆ, ਚਲੋ ਗੁੱਡ ਹੋ ਗਿਆ ਜੀ। ਹੋਰ ਠੀਕ, ਕੈਸਾ ਲੱਗ ਰਿਹਾ ਮਜਲੀਆਂ ਪਾ ਕੇ? ਬੜਾ ਬਿਹਤਰੀਨ ਲੱਗ ਰਿਹਾ। ਉੱਥੇ ਇਹ ਪਰਲਾ ਦੇ ਪਿੰਡ ਦਾ ਉਹਨਾਂ ਦਾ ਟਾਈਮ ਗੁਜ਼ਾਰਿਆ ਜੀ, ਇਹ ਬੰਦਾ ਸ਼ਹਿਰ 'ਚ ਜ਼ਿਆਦਾਤਰ ਰਿਹਾ, ਇਹਨੂੰ ਮਜਲੀ ਦਾ ਵਾਲ ਲਿਆਂਦਾ ਸੀ, ਲੇਕਿਨ ਅਸੀਂ ਬਣਾ ਬਣੂ ਦਿੱਤੀ। ਹੁਣ ਇਹਦੀ ਐਕਟਿੰਗ ਚੈੱਕ ਕਰਨਾ ਵੀ ਕਿਹੋ ਜੀ ਕਰਦਾ। ਲਓ ਜੀ, ਸ਼ੂਟਿੰਗ ਹੋ ਗਈ ਸ਼ੁਰੂ, ਅਤੇ ਨਵੇਂ ਬੰਦਿਆਂ ਨੂੰ ਜਿਹੜਾ ਨਾ ਉਹ ਸੀਨ ਜਿਹੜਾ ਸਮਝਾ ਦਿੱਤਾ, ਉਹ ਆਪਦੇ ਲੋਕੇਸ਼ਨ 'ਤੇ ਹੋ ਗਿਆ ਨੇ। ਮੋਸ਼ਨ ਕੈਮਰਾ ਜਿਹੜਾ ਉਹਨੇ ਤਿਆਰ ਕਰ ਲਿਆ, ਹੁਣ 1 2 3 ਕਰਕੇ ਜਿਹੜਾ ਨਾ ਇਹਨਾਂ ਦਾ ਹੁੰਦਾ ਸ਼ੁਰੂ। ਚਲੋ ਜੀ, ਕਰ ਵੀ 1 2 3 ਦਰਾ ਪਿਛਾ ਹੋ ਜਾ, ਚਲੋ 1 2 3 ਗੋ ਸਟਾਰਟ। ਚੱਲ ਯਾਰ ਚੌਧਰੀ ਕੋ ਚੱਲ ਯਾਰ, ਨਾਲੇ ਮਾਈ ਤਾਂ ਪਤਾ ਕਰ ਗਿਆ ਨਾ ਕੱਟ ਦੁਬਾਰਾ, ਨਾਲੇ ਚਾਹ ਪੀ ਆ, ਗੱਲ ਹੀ ਭੁੱਲ ਗਿਆ ਜੇ। ਚੌਧਰੀ ਕੋਲ ਚੱਲੇ ਆ, ਉਹਦੇ ਤੋਂ ਗਰੀਬ ਬੰਦੇ ਆ, ਦੁੱਧ ਆਪਣੇ ਕੋਲ ਕੋਣ ਇਹਦਾ, ਕੋਈ ਦੁੱਧ ਵਾਸਤੇ ਮੱਝ ਦਿਆਰੇ ਤੇ ਲੈਨੇ ਆ, ਅੱਧ ਤੇ ਲਾਤ ਤੇ ਆਹ ਲਓ, ਅੱਧ ਤੇ ਆਹ ਲਓ, ਠੀਕ ਹੈ ਨਾ? ਬੰਦਾ ਪਿੰਡ ਦਾ ਚੰਗਾ, ਚੱਲ ਵੀ ਹੁਣ ਤੇਰੀ ਵਾਰੀ, ਚੱਲ ਵੀ ਕਰ 1 2 3 ਸਟਾਰਟ। ਆਦੇ ਤੇ ਮੱਝ ਲੈ ਕੇ ਆਣਾ ਚੌਧਰੀ ਕੋਲ, ਲੱਸੀ ਦੁੱਧ ਦਾ ਸਿਸਟਮ ਚੱਲਿਆ ਰਹੇਗਾ, ਚੱਲ ਆ ਚੱਲਨੇ ਆ। ਹੁਣ ਤਿਆਰੀ ਕਰ ਤੇ ਮੂੰਹ ਤੇ ਗੁਰਬਤ, ਮੂੰਹ ਤੇ ਗੁਰਬਤ ਵੀ ਤਾਂ ਕਿ ਤੁਸੀਂ ਗਰੀਬ ਬੰਦਾ, ਇੱਧਰ ਗੱਲ ਸੁਣ, ਗਰੀਬ ਬੰਦਾ ਠੀਕ ਹੈ ਨਾ, ਮੂੰਹ ਤੇ ਗਰੀਬ ਗਰੀਬ ਵਾਲਾ ਫੇਸ ਰੱਖਣਾ, ਇਹ ਨਹੀਂ ਵੀ ਤੂੰ ਥੋੜਾ ਜਿਹਾ ਸਮਾਈਲ ਕਰਨ ਲੱਗ ਪੈਣਾ। ਚੱਲ ਵੀ ਉਹ ਤਾਂ ਹੀ ਹੱਸਦਾ ਆ ਨਾ ਵੀ ਜਿਵੇਂ ਉਹ ਚੌਧਰੀ ਨਾਲ ਵੀ ਅਮੀਰ। ਹਾਂ ਚੱਲ ਵੀ, ਚੱਲ ਚਲਾ, ਚਲੋ ਗੱਲ ਤਰਤੀਬ ਨਾਲ, ਸੋਹਣੀ ਗੱਲ ਵੀ ਅੱਧ ਤੇ ਮੱਝ ਚੱਲ ਕੇ ਲੈਣੇ ਆ, ਇਹ ਕੀ ਅੱਧ ਅੜਨਾ ਨੀ ਤਰਤੀਬ ਵਾਈਜ਼ ਹੋਵੇ, ਤੁਸੀਂ ਪਤਾ ਨੀ ਫੁੱਦੂ ਖਾਤਾ ਵੀਡੀਓ ਐਵੇਂ ਬਣ ਜਾਂਦੀ। ਉਧਰ ਚੌਧਰੀ ਜਿਹੜਾ ਵੇਟ ਕਰਦਾ ਪਿਆ, ਇਹ ਵੇਖਾਂ ਵੀਡੀਓ ਬਣਾਉਣ ਆਏ ਨੇ, ਵੀਡੀਓ ਅਸੀਂ ਇਹਨਾਂ ਨੂੰ ਸੀਨ ਦਿੱਤਾ, ਮੈਂ ਕਿਹਾ ਕਰੋ, ਹੁਣ ਕਰ ਰਹੇ ਨੇ, ਤੇ ਉਹ ਨੀ ਰਿਹਾ ਅੱਗੇ 10 ਵਾਰੀ ਗਾਲੇ ਹੀ ਖੜੇ ਨੇ ਸੀਨ ਨੂੰ, ਕਿਉਂ ਏ? ਬਿਲਕੁਲ ਹਾਂ, ਚੱਲ ਚੌਧਰੀ ਕੋ ਚੱਲਨੇ ਆ, ਮੱਝ ਆਦੇ ਤੇ ਲੈ ਕੇ ਆਣੇ ਆ ਉੱਥੋਂ, ਨਾਲੇ ਦੁੱਧ ਦਾ ਸਰਕਟ ਚੱਲਿਆ ਰਹੇਗਾ, ਨਾਲੇ ਲੱਸੀ ਦਾ ਚੱਲਿਆ ਰਹੇਗਾ।
ਤੈਨੂੰ ਮੈਂ ਵੀ ਵਾਰੀ ਸਰਕਟ ਕੀ ਹੁੰਦਾ 1980 ਚ ਸਰਕਟ ਦਾ ਆਇਆ ਸੀ ਯਾਰ ਸਰਕਟ ਕੀ ਹੁੰਦਾ ਸਰਕਟ ਉਸ ਦੌਰ ਚ ਸਰਕਟ ਨੀ ਨਾ ਹੁੰਦਾ ਸੀ ਵੀਡੀਓ ਨਾ ਬਣਾ ਇਹਨਾਂ ਨੂੰ ਵੈਸੇ ਕੱਲਾ ਨਾ ਇੱਥੇ ਇੰਨਾ ਪੰਦ ਆ ਕੇ ਆਦੀ ਗੱਲ ਤੁਸੀਂ ਅਸੀਂ ਇੱਥੇ ਬੈਠੇ ਤੁਸੀਂ ਆਦੀ ਇੱਥੇ ਦਹਰਾ ਲੋ ਚਲੋ ਚਲੋ 1 2 3 ਚੱਲ ਚੌਧਰੀ ਕੋਲ ਚੱਲਨੇ ਆ ਦੁੱਧ ਤੋਂ ਹੱਥ ਬਹੁਤ ਤੰਗ ਹੈ ਸੀਨ ਬਦਲ ਦੇਣੇ ਇਹਨੂੰ ਨਜ਼ਰ ਆਉਂਦਾ ਥੋੜਾ ਇਹਦਾ ਤੂੰ ਹੱਥ ਫੜ ਦੇ ਲੈਣੇ ਤੈਨੂੰ ਨਜ਼ਰ ਵੀ ਥੋੜਾ ਆਉਂਦਾ ਤੇ ਚੱਲ ਜਿਹੜਾ ਨਾ ਮੈਂ ਪੱਟੇ ਪੁੱਟੇ ਤੂੰ ਮਾਈ ਦਾ ਖਿਆਲ ਠੀਕ ਹੈ ਨਾ ਅੰਨਾ ਤੂੰ ਇਹਦੇ ਬਾਜ਼ੂ ਫੜ ਕੇ ਇਹਨੂੰ ਲਿਆਉਣਾ ਚੱਲ ਯਾਰ ਚੌਧਰੀ ਕੋਲ ਚੱਲਨੇ ਆ ਬੰਦਿਆਂ ਤੋਂ ਵੀ ਦੂਰ ਹੋ ਜਾਣਗੇ ਚੱਲ ਦੁੱਧ ਲੱਸੀ ਘਰ ਚ ਬਣੀ ਰਹੇਗੀ ਚੱਲ ਚੱਲਨੇ ਆ ਉਹਦੇ ਕੋਲ ਚੌਧਰੀ ਕੋਲ ਪਤਾ ਕਰਕੇ ਆਣੇ ਆ ਮਾਈ ਦਾ ਕੱਟ ਵੀ ਬਿਹਤਰ ਹੋ ਗਿਆ ਥੋੜੇ ਜਿਹਾ ਚੌਧਰੀ ਨੂੰ ਇੱਕ ਚੌਧਰੀ ਨਾਲ ਚੌਧਰੀ ਦਾ ਥੋੜਾ ਜਿਹਾ ਹਵਾਲਾ ਦੇ ਦੇਣਾ ਚੌਧਰੀ ਬੰਦਾ ਚੰਗਾ ਚਲੋ ਦੁਬਾਰਾ ਹੋ ਗਿਆ ਸਹੀ ਬਸ ਮੂੰਹ ਥੋੜਾ ਜਿਹਾ ਗਰੀਬ ਨੀ ਤੂੰ ਕੀਤਾ ਹੁਣ ਮੂੰਹ ਤੇ ਗੁਰਬਤ ਥੋੜੀ ਜਿਹੀ ਨਾ ਲਿਆਣੀ ਹੈ ਕੜੀ ਲਾ ਤੇ ਜੇਬ ਚ ਪਾ ਗੱਲ ਸੁਣ ਲੋ ਕੜੀ ਲਾ ਤੇ ਜੇਬ ਚ ਪਾ ਤੇ ਮੋਬਾਈਲ ਦੀ ਜੇ ਬੈਟਰੀ ਉਹ ਲੁੱਪੀ 18% ਠੀਕ ਹੈ ਜਿੱਡਾ ਤੁਸੀਂ ਸਹੀ ਕਰੋਗੇ ਹੈਲੋ ਅਦੀਲ ਮੈਕ ਨੂੰ ਇੱਥੇ ਇਹਦੇ ਨਾਲ ਟਾਂਗ ਤੇ ਉੱਤੋਂ ਬਟਨ ਜਾਲ ਲੈ ਸਹੀ ਲੱਗਦਾ ਅੰਦਰਲੀ ਸਾਈਡ ਤੇ ਜਾਂ ਉਹਨੂੰ ਦੇ ਦੇ ਉੱਚੀ ਬੋਲੀ ਤੂੰ ਮਿਹਰਬਾਨੀ ਤਾਂ ਕਿ ਤੇਰੀ ਆਵਾਜ਼ ਵਿੱਚ ਪ੍ਰੀਵ ਹੋਵੇ ਉਹ ਇਕੱਲੇ ਦੀ ਆਵਾਜ਼ ਆਵੇ ਤੇਰੀ ਆਵੇ ਨਾ ਤੂੰ ਬੋਲਦਾ ਬੜਾ ਥੋੜਾ ਬਣਾਉਣ ਨਾਲ ਟਾਂਗ ਯਾਰ ਬਟਨ ਖੋਲ ਕੇ ਹੇਠ ਲੈ ਨਾ ਚੱਲ ਉੱਤੋਂ ਬਟਨ ਲਾ ਦਿੰਦੇ ਇਹਨੂੰ ਅੰਦਰ ਕਰ ਇਹਨੂੰ ਕਮੀਜ਼ ਦੇ ਅੰਦਰ ਕਰ ਲੈ ਚੌਧਰੀ ਬਣਿਆ ਚੌਧਰੀ ਬੈਠਾ ਹੋਇਆ ਜੀ ਉਹ ਇੰਤਜ਼ਾਰ ਕੀਤੀ ਜਾਂਦੀ ਵੀ ਕਦੋਂ ਇਹ ਸੀਨ ਸਹੀ ਕਰਨ ਤੇ ਅਗਲਾ ਸੀਨ ਉਹਨਾਂ ਦਾ ਚੱਲ ਲਈਏ ਇਹ ਅਸਲੋ ਖੀਰ ਕੀਤੀ ਨਿੱਕਾ ਵਿੱਚ ਨਵੀਂ ਮੱਝ ਖੋਲੀ ਫਿਰਿਆ ਮੱਝ ਨਵੀਂ ਮੱਝ ਲਿਆਣੀ ਨਾ ਲਿਆਣੀ ਲਾਇਆ ਇੱਥੇ ਲਾਇਆ ਉਹ ਮੱਝ ਆਪਾਂ ਵਿੱਚ ਹੈ
ਇਹਨੇ ਖੋਲ ਹੀ ਰਹਿਣਾ। ਚਲੋ ਜੀ ਕੋਈ ਗੱਲ ਨੀ, ਲਈ ਜਾਂਦਾ ਲਈ ਜਾਵੇ 1980 ਚੌਧਰੀ ਦਾ ਨਾਂ ਇੱਕ ਵਾਰੀ ਲੈਣਾ ਬਸ, ਇੱਥੇ ਆ ਕੇ ਜਦੋਂ ਗੱਲ ਮੋਗੀ ਫਿਰ ਕੀ ਕਹਿਣਾ ਇਹਨਾਂ ਦਾ। ਜਦੋਂ ਗੱਲ ਮੋਗੀ ਬਸ ਕੱਟ, ਸੀਨ ਕੱਟ ਹੋ ਜਾਏਗਾ, ਫਿਰ ਅਗਲਾ ਸੀਨ ਸ਼ੁਰੂ ਹੋਏਗਾ, ਤੁਹਾਨੂੰ ਫਿਰ ਅੱਗੇ ਸਮਝਾਵਾਂਗੇ, ਪਹਿਲੇ ਇਹ ਤਾਂ ਸੀਨ ਕਰੋ ਨਾ। ਨਾਜ਼ਰੀਨ ਅੱਗੇ ਇਹਨਾਂ ਨੇ 5-7 ਮੈਂ ਕੈਮਰਾ ਬਾਅਦ ਚ ਚਲਾਇਆ, 5-7 ਤੋਂ ਵੀ ਜ਼ਿਆਦਾ ਪਹਿਲੇ ਖਰਾਬ ਕੀਤੀ ਖੜੇ ਨੇ, ਹੁਣ ਵਿੱਚ ਵੇਖ ਲਓ ਕਿੰਨੀ ਵਾਰੀ ਅਗਲਾ ਚੱਲ ਵੀ ਕਰ 1-2-3 ਹੁਣ ਓਰੀਜਨਲ, ਹੁਣ ਕੈਮਰਾ ਚਲਾ ਕੇ ਸ਼ਾਇਦ ਸਹੀ ਹੋ ਜਾਵੇ। 2-3 ਗੋ ਸਟਾਰਟ। ਚੱਲ ਦਿਲ ਚੌਧਰੀ ਕੋ ਚੱਲਨੇ ਆ, ਉੱਥੇ ਮੱਝ ਅੱਧ ਤੇ ਲੈ ਕੇ ਆਨੇ ਆ, ਪਤਾ ਤੈਨੂੰ ਨਜ਼ਰ ਵੀ ਘੱਟ ਆਉਂਦਾ ਹੈ, ਚੱਲ ਦੁੱਧ ਲੱਸੀ ਦਾ ਨਿਜ਼ਾਮ ਘਰ 'ਚ ਬਣਿਆ ਰਹੇਗਾ। ਚਲੋ ਮੈਂ ਪੱਠੇ ਪੁੱਠੇ ਲੈ ਕੇ ਇਹ ਜਿਹੜਾ ਸੀਨ ਹੋਇਆ ਨਾ ਜੀ, ਸੀਨ ਥੋੜ੍ਹਾ ਜਿਹਾ ਸਹੀ ਕਰ ਗਿਆ ਨੇ, ਲੇਕਿਨ ਇੱਕ ਗਲਤੀ ਕਰ ਗਿਆ ਵੀ ਉਹਨੇ ਨਾ ਜਿਹਨੂੰ ਨਜ਼ਰ ਨਹੀਂ ਨਾ ਉਹਦਾ ਹੱਥ ਨਹੀਂ ਪਕੜਿਆ ਸੀ, ਹੁਣ ਇਹਨੂੰ ਕਿਹਾ ਵੀ ਇੱਕ ਵਾਰੀ ਹੋਰ ਟਰਾਈ ਕਰ ਲੈ, ਚਲੋ ਹੱਥ ਜਿਹੜਾ ਨਾ ਉਹ ਤੂੰ ਪਕੜੀ। ਚੱਲ ਦਿਲ ਚੌਧਰੀ ਕੋ ਚੱਲ ਰਿਹਾ, ਮੱਝ ਅੱਧ ਤੇ ਪਤਾ ਕਰਕੇ ਆ ਰਿਹਾ, ਪਤਾ ਤੇਰੀ ਨਜ਼ਰ ਵੀ ਘੱਟ ਹੈ, ਤੈਨੂੰ ਘੱਟ ਨਜ਼ਰ ਆਉਂਦਾ, ਚਲੋ ਮੈਂ ਮੱਝ ਸਾਂਭੀ ਰੱਖਾਂਗਾ ਤੇ ਤੂੰ ਚਲੋ ਘਰ ਜਾ, ਮੱਝ ਦੀ ਰਖਵਾਲੀ ਵਗੈਰਾ ਕਰੀ ਰੱਖੀ। ਸ਼ੁਕਰ ਹੈ ਜੀ, ਜਿਹੜਾ ਪਹਿਲਾ ਸੀਨ ਇਹਨਾਂ ਨੇ ਕਰ ਲਿਆ ਠੀਕ, ਹੁਣ ਇਹਨੂੰ ਅਗਲੇ ਸੀਨ ਤੇ ਅਗਲੀ ਲੋਕੇਸ਼ਨ ਤੇ ਲੈ ਗਏ ਇਹਨਾਂ ਨੂੰ, ਹੁਣ ਇਹ ਬੈਠੇ ਨੇ ਵੇਖਦੇ। ਚਲੋ ਚਲੋ ਜੀ ਅਗਲਾ ਸੀਨ, ਹੁਣ 2-3 ਗੋ ਸਟਾਰਟ। ਦੁੱਧ ਸਾਹਿਬ ਨੇ ਆਪਣੇ ਨਾਲ ਕਿੱਡੀ ਵੱਡੀ ਨੇਕੀ ਕੀਤੀ ਸੀ, ਆਪਾਂ ਨੂੰ ਮੱਝ ਆਪ ਤੇ ਦਿੱਤੀ ਸੀ, ਵਾਹ ਵਾਹ ਦੁੱਧ ਦਾ ਨਿਜ਼ਾਮ ਚੱਲਿਆ ਹੋਇਆ ਸੀ, ਹੁਣ ਮੱਝ ਵੀ ਮਰ ਗਈ ਹੈ। ਅਗਲਾ ਨਹੀਂ ਸਹੀ ਹੈ। 2-3 ਗੋ ਸਟਾਰਟ। ਇੱਕ ਮਹੀਨਾ ਤਾਂ ਹੋਇਆ ਸੀ ਚੌਧਰੀ ਕੋਲ ਮੱਝ ਲਈ ਨੂੰ, ਵਾਹਵਾ ਦੁੱਧ ਦਾ ਨਿਜ਼ਾਮ ਚੱਲਿਆ ਹੋਇਆ ਸੀ, ਹੁਣ ਮੱਝ ਵੀ ਮਰ ਗਈ ਹੈ। ਲੈ ਚੌਧਰੀ ਸਾਹਿਬ ਦਾ ਪੁੱਤਰ ਆ ਰਿਹਾ, ਮਾਰਨ ਦੇ ਕੰਨ ਤੇ ਪੁੱਤਰ ਆ ਰਿਹਾ, ਦੱਸੀ ਜਾਣਾ ਸੀਨ ਰੋਵਣ ਦਾ, ਪਹਿਲੇ ਤਾਂ ਸਹੀ ਕਰਦਾ ਰਹੇ ਨਾ, ਡਰ ਕੇ ਹਾਂ ਡਰ ਕੇ ਪੈਣਾ। ਲੈ ਚੌਧਰੀ ਸਾਹਿਬ ਦਾ ਪੁੱਤਰ ਵੀ ਇੱਧਰ ਹੀ ਲੱਗਿਆ ਆਉਂਦਾ, ਹੋਰ ਪਤਾ ਨਹੀਂ ਕੀ ਆਖੇਗਾ। ਨਹੀਂ ਨਹੀਂ ਬਹਿ ਕੇ ਖੜੋ ਗਏ, ਇੱਥੇ ਇੱਥੇ ਮੱਝ ਬਣੀਂਦੀ ਹੁੰਦੀ ਸੀ ਇਸ ਕਿੱਲੇ ਤੇ, ਉਸੇ ਕਿੱਲੇ ਤੁਸੀਂ ਰੋਈ ਜਾਂਦੇ ਜੇ, ਤੂੰ ਆਏ ਖੜੋ ਨਾ ਜਾਵਾਂ, ਖੜੋ ਕੇ ਕੀ ਕਰਨਾ ਤੂੰ, ਇੰਨੀ ਗੱਲ ਕਰਨੀ ਆਸ ਕਿੱਲੇ ਤੇ ਮੱਝ ਬਣੀਂਦੀ ਸੀ, ਤੂੰ ਇੰਨਾ ਹੀ ਇੱਕ ਗੱਲ ਹੀ ਕਰਨੀ, ਇਹ ਅੰਨਾ ਇਹਨੂੰ ਕਿਹੜਾ ਕਿੱਲਾ ਨਹੀਂ ਕਿਹਾ ਆਂਦਾ, ਉਹ ਗੱਲ ਕਰ ਯਾਰ, ਉਹ ਗੱਲ ਕਰ, ਤੂੰ ਕਹਿੰਦਾ ਇੱਥੇ ਮੱਝ ਬਣੀਂਦੀ ਸੀ, ਵੀਡੀਓ ਵਿੱਚ ਹੀ ਰਹਿ ਜਾਣੀ ਫਿਰ। ਅੱਛਾ ਮੋਬਾਈਲ ਦੀ ਬੈਟਰੀ ਵੀ ਲੋ ਹੈ। 1-2-3 ਗੋ ਸਟਾਰਟ। ਚੌਧਰੀ ਸਾਹਿਬ ਨੇ ਆਪਣੇ ਤੇ ਨੇਕੀ ਕੀਤੀ ਸੀ, ਆਪਾਂ ਨੂੰ ਮੱਝ ਦਿੱਤੀ ਸੀ, ਚਲੋ ਵਾਹਵਾ ਦੁੱਧ ਦਾ ਨਿਜ਼ਾਮ ਚੱਲਿਆ ਹੋਇਆ ਸੀ, ਆਹ ਕਿੱਲੇ ਤੇ ਮੱਝ ਬਣੀਂਦੀ ਸੀ। ਲੋ ਜੀ ਹੁਣ ਇਹਨਾਂ ਨੇ ਨਾ, ਮੈਂ ਇਹਨਾਂ ਕੋਲ ਜਾਣਾ, ਮੈਂ ਫੈਸਲ ਨੂੰ ਕੈਮਰਾ ਫੜਨ ਲੱਗੇ, ਹੁਣ ਮੇਰੇ ਵਿੱਚ ਸੀਨ ਉਹ ਜ਼ਰਾ ਚੈੱਕ ਕਰ ਤੁਸੀਂ ਕਰਨਾ, ਇਹ ਲਾ ਫੜ ਫੈਸਲ, ਚੱਲ ਵੀ ਜਲਦੀ ਪੀ, ਚੱਲ ਭਾਈ ਸਟਾਰਟ ਕਰੋ, ਚੱਲ ਚੱਲ ਚੱਲੀ ਜਾਂਦਾ ਕੈਮਰਾ, ਹਾਂ ਕੈਮਰਾ ਚੱਲ। ਮੱਝ ਲਿਆਂਦੀ ਸੀ ਤੁਹਾਡੇ ਕੋਲ ਅੱਧ ਤੇ, ਤੁਸੀਂ ਤਾਂ ਸਾਡੇ ਨਾਲ ਬੜੀ ਨੇਕੀ ਕੀਤੀ ਸੀ, ਲੇਕਿਨ ਮੱਝ ਨੂੰ ਪਤਾ ਨੀ ਕੀ ਹੋਇਆ, ਉਹ ਮਰ ਗਈ, ਚੰਦ ਦਿਨ ਬਿਮਾਰ ਰਹੀ, ਉਹ ਮਰ ਗਈ, ਬਸ ਪਤਾ ਨੀ ਚੱਲਿਆ ਸਾਨੂੰ। ਉਹ ਚੱਲ ਨਿਜ਼ਾਮ ਦੀ ਨਾ, ਜੇ ਉਹ ਮਰ ਗਈ ਹੈ ਤੇ ਰੰਦੇ ਚ ਰੱਬ ਦੀ ਰਜ਼ਾ ਹੈ, ਤੁਹਾਡਾ ਜਾਂ ਸਾਡਾ ਉਹਦੇ ਚ ਕੀ ਗਿਣਾ ਹੈ, ਰੱਬ ਦਾ ਮਾਲ ਸੀ ਰੱਬ ਨੇ ਲੈ ਲਿਆ, ਹੌਸਲਾ ਰੱਖੋ ਤੇ ਪਰੇਸ਼ਾਨ ਨਾ ਹੋਵੋ, ਠੀਕ ਹੈ ਨਾ। ਮੈਂ ਚੱਲ ਕੇ ਅੱਬੇ ਨੂੰ ਕਹਿ ਦੇਣਾ, ਉਹਨੂੰ ਕੁਛ ਨਹੀਂ ਆਖਦਾ, ਠੀਕ ਹੈ, ਉਹ ਨਾਲੇ ਇਹਦੇ ਚ ਤੁਹਾਡਾ ਗਿਣਾ ਨਹੀਂ ਹੈਗਾ, ਠੀਕ ਹੈ, ਤੁਸੀਂ ਇੰਜ ਕਰੋ ਸ਼ਾਮ ਨੂੰ ਆ ਜਾਣਾ ਤੇ ਹੋਰ ਲੈ ਆਉਣਾ।
ਨਾਲੇ ਕੱਟੀ ਵੀ ਇਹਨੂੰ ਬੜੀ ਵੱਡੀ ਨੇਕੀ ਕੋਈ ਨੀ ਜੇ ਸਾਨੂੰ ਰੱਬ ਨੇ ਦਿੱਤਾ ਤੇ ਸਾਡਾ ਹੱਕ ਬਣਦਾ ਮਾੜੇ ਬੰਦੇ ਦਾ ਖਿਆਲ ਕਰਨਾ। ਹੋ ਸਕਦਾ ਕਿ ਸਾਨੂੰ ਰੱਬ ਨੇ ਤਾਂ ਹੀ ਕੀਤਾ ਹੋਵੇ ਕਿ ਅਸੀਂ ਗਰੀਬਾਂ ਦਾ ਖਿਆਲ ਕਰਨੇ ਆ, ਠੀਕ ਹੈ। ਤੇ ਸ਼ਾਮੀ ਆ ਜਾਇਆ ਜੇ, ਮੈਂ ਜਾ ਕੇ ਪਿੰਡ ਦੱਸ ਦੇਣਾ। ਉਹ ਕੱਟੀ ਵਾਲੀ ਤਾਂ ਗੱਲ ਕਰ ਲਾ ਵੀ ਕੱਟੀ ਤੁਸੀਂ ਰੱਖ ਲਓ ਕਿ ਉਹ ਬਾਅਦ ਚ ਸੀਨ ਕਰਨੇ। ਬਾਬੇ ਨੂਰਸਮਾਨ ਦੀ ਆ ਗਈ ਰੋਟੀ, ਸਾਰੀ ਟੀਮ ਪਿੱਛੇ ਬੈਠੀ ਹੈ। ਬਾਬੇ ਨੂਰਸਮਾਨ ਨੇ ਕਿਹਾ ਵੀ ਮੈਂ ਜਿਹੜਾ ਨਾ ਰੋਟੀ ਖਾ ਲਵਾਂ ਤੇ ਵੇਖਦੇ ਹਾਂ ਵੀ ਬਾਬੇ ਨੂਰਸਮਾਨ ਦਾ ਅੱਜ ਖਾਣੇ ਦੇ ਵਿੱਚ ਕੀ ਆਇਆ। ਉਹ ਬੈਠਾ ਹੋਇਆ ਜੀ, ਤੇ ਚੈੱਕ ਕਰਨੇ ਕੋਲ ਜਾ ਕੇ ਬੰਦੇ ਬੜੇ ਸਾਂ ਵੀ ਬਾਬੇ ਨੂਰਸਮਾਨ ਦੀ ਰੋਟੀ ਉੱਥੇ ਖੁੱਲ ਜਾਂਦੀ। ਮਾਸ਼ਾਅੱਲਾ, ਵਾਹ ਜੀ ਵਾਹ, ਚੂਰੀਆਂ ਬਾਬਾ ਨੂਰਸਮਾਨ ਖਾਣੇ ਮੋਟੇ ਦੇਸੀ ਘਿਓ ਵਾਲੇ। ਤੂੰ ਅਗਲੇ ਦਿਨ ਆਉਂਦਾ ਪਿਆਈਆਂ ਨਾ ਵੀ ਬਾਬਾ ਯਾਰ ਤੂੰ ਫਿੱਟ ਕਿਉਂ ਰਹਿੰਦਾ ਇੰਨਾ, ਆਵੇ ਦੇਸੀ ਘਿਓ ਦੇ ਵਿੱਚ ਚੂਰੀ ਕੁੱਟੀ ਹੋਈ ਏ। ਕਿਆ ਬਾਤ ਬਾਬਾ, ਯਾਰ ਲੈ ਲਵਾਂ ਥੋੜੀ ਜੀ। ਖਾ ਤੇ ਵੇਖ ਫਿਰ ਦੱਸੀ ਇਹਦੇ ਚ ਮਜ਼ੇ ਕਿੰਨੇ ਨੇ। ਬਿਸਮਿਲ੍ਲਾ ਰਹਿਮਾਨ ਰਹੀਮ, ਇਹ ਰਾਜ ਨਹੀਂ ਸਾਰੇ ਬਾਬੇ ਦੇ ਤਕੜਾ ਹੋਣ ਦੇ। ਆਏ ਹਾਏ, ਦੇਸੀ ਘਿਓ ਦੀ ਚੂਰੀ ਜੀ, ਹਾਂਜੀ, ਡੇਰੇ ਤੇ ਬਹਿ ਕੇ ਖਾਂਦਿਆਂ ਹੁੰਦਿਆਂ ਕਿੰਨੇ ਮਜ਼ੇ ਨਜ਼ਾਰੇ, ਦੇਸੀ ਮਾਹੌਲ ਨਾਲ ਟਰਬਾਈਨਾਂ ਨਾਲ ਟੀਮਾਂ, ਸਵਾਦ ਹੈ ਜੀ। 8 ਦਿਨ ਹੈ ਜੀ, ਚੂਰੀ ਖਾ ਲਓ ਦੇਸੀ ਘਿਓ ਜੇ ਕੁੱਟੀ, ਕਿਵੇਂ ਨਾ ਬੰਦਾ ਡੰਡੇ ਵਰਗਾ ਹੋਵੇ। ਆਪਾਂ ਤਾਂ 3 ਕਿਲੋ ਘਿਓ ਦੇਸੀ ਲਿਆ, 3 ਕਿਲੋ ਰੱਖਾ ਹੈ। ਜਾ ਰਾਜੀ ਆ, ਚੂਰੀ ਕੁੱਟ ਕੇ ਆਸ ਟਾਈਮ ਮੈਂ ਚੂਰੀ ਖਾਣੀ ਦੇਸੀ ਘਿਓ ਚ। ਜਾ ਰਾਜੀ ਆ, ਤੇ ਤਾਂ ਹੀ ਮਾਸ਼ਾਅੱਲਾ ਨਾਲ ਝੋਨਾ ਵਾਹੀ ਨਾਲ ਡੰਗਰ। ਇਹ ਬਾਬੇ ਹੋਰੀ ਆ ਪੱਠੇ ਸਾਰੇ ਕੰਮ ਬਾਬੇ ਹੋਰੀ ਕਰਦੇ ਨੇ, ਖੁਰਾਕਾਂ ਨਾਲ ਕਰਦੇ ਨੇ ਨਾ, ਖੁਰਾਕਾਂ ਨਾਲ ਨਾਲੇ ਪੰਜਾਬੀ ਖਾਣਾ ਨਾ, ਜਿਹੜਾ ਪੰਜਾਬੀ ਵੀਡੀਓ ਨੀ ਬਣਾਉਣੀ ਚਾਹੀਦੀ, ਪੰਜਾਬੀ ਖਾਣਾ ਇਹ ਦੇਸੀ ਘਿਓ ਦੀ ਚੂਰੀ। ਚੂਰੀ ਇਹ ਹੀਰ ਲਿਆਈ ਸੀ ਰਾਂਝੇ ਵਾਸਤੇ। ਆਏ ਹਾਏ, ਕੁੱਟ ਕੁੱਟ ਕੇ 12 ਸਾਲ ਖਵਾਉਂਦੀ ਰਹੀ ਹੈ। ਹਾਂਜੀ, ਗਾਣਾ ਵੀ ਤੂੰ ਚੂਰੀ ਤੇ ਹੈਗਾ। ਕਿਹੜਾ ਚੂਰੀ, ਮੈਨੂੰ ਚੇਤਾ ਭੁੱਲ ਗਿਆ ਬਾਬੇ ਨੂੰ ਚੇਤਾ ਭੁੱਲ ਗਿਆ, ਯਾਦ ਕਰਕੇ ਫਿਰ ਤੁਹਾਨੂੰ ਚੂਰੀ ਵਾਲਾ ਗਾਣਾ ਵੀ ਜਿਹੜਾ ਉਹ ਸੁਣਾਵਾਂਗੇ ਜ਼ਰੂਰ। ਪਰੇਸ਼ਾਨੀ ਹੁਣ ਹੁਣ ਵਾਪਸ ਜਾਂਦੇ ਹਾਂ ਟੀਮ ਕੋਲ। ਟੀਮ ਆ ਬੈਠੀ ਹੈ, ਬਾਬਾ ਨੂਰ ਸਮਾਨ ਚੂਰੀ ਖਾ ਲੈਂਦਾ ਫਿਰ ਅਸੀਂ ਜਿਹੜਾ ਵੀਡੀਓ ਇੱਕ ਹੋਰ ਬਣਾਉਣੀ ਜੀ। ਹਾਂ ਬਈ, ਠੀਕ ਬਣ ਗਈ? ਬਿਲਕੁਲ ਠੀਕ ਬਣ ਗਈ, ਬਿਲਕੁਲ ਠੀਕ। ਚਲੋ ਬੜੀ ਗੱਲ ਹੈ ਜੀ। ਆ ਬੰਦਾ ਥੋੜਾ ਜਿਹਾ ਮਸਤਿਆ ਹੋ ਗਿਆ। ਕੀ ਆਂਦਾ? ਇਹ ਆਂਦਾ ਬਸ ਕਿ ਇਹਨੇ ਸੀਨ ਨਹੀਂ ਸਹੀ ਦਿੱਤੇ, ਬੋਲਿਆ ਨਹੀਂ ਵਿੱਚ ਆਇਆ ਇਹ। ਆ ਬੋਲਿਆ ਯਾਰ ਘਾਟ ਹੈ ਤੂੰ, ਇਹ ਗੱਲ ਹੈ ਕਣਾ ਇਹ ਬੋਲਿਆ ਸਾਰਾ, ਮੈਂ ਹੀ ਸੀਨ ਕੀਤਾ। ਇੱਕ ਮੱਠਾ ਬੜਾ ਬੋਲਦਾ, ਇਹਦੀ ਥੋੜੀ ਆਵਾਜ਼ ਵਧਾ ਦਿਓ। ਸਾਡੀ ਬੜੀ ਖਿਦਮਤ ਕੀਤੀ ਇਹਨਾਂ ਦਾ, ਬਹੁਤ ਬਹੁਤ। ਤੁਸੀਂ ਇਹ ਦੱਸੋ ਵੀ ਸਾਡੇ ਕੋਲ ਆਏ ਹੋ, ਸਾਡੇ ਐਜ਼ ਏ ਫੈਨ ਚੱਲ ਕੇ ਆਏ, ਜੇ ਕੋਈ ਸਾਡੀ ਕਮੀ ਪੇਸ਼ੀ ਸਾਡੇ ਕੋਲ ਕੋਈ ਗਲਤੀ ਹੋਈ ਹੋਵੇ ਤਾਂ ਮਾਫ਼ ਕਰ ਦੇਣਾ ਸੀ, ਇੰਨੀਆਂ ਜਿੰਨੀ ਜੋ ਕਿਹਾ ਤੁਹਾਡੀ ਉਹਨੇ ਖਿਦਮਤ। ਨਹੀਂ ਨਹੀਂ ਕੋਈ ਗਲਤੀ ਨਹੀਂ ਹੋਈ, ਤੁਸੀਂ ਬਹੁਤ ਪਿਆਰ ਦਿੱਤਾ, ਅਸੀਂ ਬੇਹਾ ਤੁਹਾਡੇ ਮਸ਼ਹੂਰ ਹਾਂ। ਚਲੋ ਬੜੀ ਗੱਲ ਹੈ ਜੀ, ਇਹਨਾਂ ਦਾ ਵੀ ਚੈਨਲ ਹੈ ਨਵਾਂ, ਇਹਨਾਂ ਨੇ ਸਟਾਰਟ ਕੀਤਾ, ਜਿਹੜਾ ਕੋਈ ਸਾਡਾ ਦੋਸਤ ਮੰਨ ਲਵੇ ਤਾਂ ਚਲੋ ਇਹਨਾਂ ਦੇ ਵੀ ਚੈਨਲ ਨੂੰ ਸਰਚ ਕਰ ਲਵੇ। ਬੜਾ ਪੰਧ ਕਰ ਗਏ, ਤਕਰੀਬਨ 200 ਕਿਲੋਮੀਟਰ ਦੇ ਲਗਭਗ ਸਾਡੇ ਕੋਲ ਆਏ ਨੇ, ਸਾਨੂੰ ਕੁਛ ਸਮਝ ਕੇ ਆਏ ਨੇ ਵੀ ਚਲੋ ਯਾਰ ਉਹਨਾਂ ਕੋਲ ਜਾਣੇ, ਅਤੇ ਅਸੀਂ ਵੀ ਜਿੰਨੀ ਜੋਗੇ ਹੈਗੇ ਤਾਂ ਅਸੀਂ ਫੁੱਲ ਜ਼ੋਰ ਲਾਇਆ, ਸਾਰੀ ਸਾਡੀ ਟੀਮ ਖੜੀ ਹੈ, ਇਹਨਾਂ ਨੇ ਫੁੱਲ ਇਹਨਾਂ ਨੂੰ ਜਿਹੜਾ ਸਪੋਰਟ ਕੀਤਾ। ਇੱਕ ਦਫਾ ਆਪਣੇ ਚੈਨਲ ਦਾ ਨਾਮ ਹੀ ਦੱਸ ਦਿਓ। ਦੱਸੋ ਜੀ, ਅਦੀਲ ਅਲੀ ਅਫੀਸ਼ੀਅਲ। ਅਦੀਲ ਅਲੀ ਅਫੀਸ਼ੀਅਲ ਜਿਹੜਾ ਜੀ, ਯੂਟਿਊਬ ਤੇ ਫੇਸਬੁੱਕ ਤੇ ਜਾ ਕੇ ਸਰਚ ਕਰੋ ਤੇ ਸਾਡੇ ਚੈਨਲ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਤੇ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ, ਗੱਲਬਾਤ ਕਰਨੀ ਤਾਂ ਮੈਂ ਕਰ ਲਓ। ਬਾਬਾ ਜੀ ਤੁਸੀਂ
ਪਾਕਿਸਤਾਨ ਜ਼ਿੰਦਾਬਾਦ। ਹਮ ਸਭ ਪਾਕਿਸਤਾਨੀ ਹੈ, ਜ਼ਿੰਦਾਬਾਦ ਹੈ। ਚਲੋ ਜੀ ਲਓ ਜੀ, ਹੁਣ ਅਸੀਂ ਪਹੁੰਚ ਗਏ ਆ ਚੈੱਕ ਨੰਬਰ 88 ਦੇ ਵਿੱਚ। ਇੱਥੇ ਅੱਜ ਟੀਮ ਦਾ ਹੈਗਾ ਸੀ ਮੈਚ, ਰਾਣਾ ਸਾਹਿਬ ਨਾਲ ਨੇ, ਇਹਨਾਂ ਨੇ ਕਿਹਾ ਮੈਚ ਵੇਖਣਾ। ਮੈਂ ਕਿਹਾ ਚਲੋ ਮੈਚ ਵੇਖ ਲੈਣੇ, ਇਹ ਬੜੀ ਗੱਲ ਹੈ। ਮੈਂ ਵੇਖੋ ਜੀ ਪਹੁੰਚ ਗਏ ਆ ਇਹ ਸਕੂਲ, ਸਕੂਲ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਚੈੱਕ ਨੰਬਰ 88 EB। ਅਤੇ ਸਕੂਲ ਦਾ ਮਾਹੌਲ ਚੈੱਕ ਕਰਨੇ ਆ ਵੀ ਕੈਸਾ, ਬੜਾ ਖੂਬਸੂਰਤ ਮਾਹੌਲ ਹੈ ਜੀ। ਕਿਆ ਬਾਤ ਹੈ, ਕਿਆ ਬਾਤ, ਨਾਲ ਇਮਰਾਨ ਪੱਟੀ ਹੈ, ਬਹੁਤ ਅੱਗੇ ਗਰਾਊਂਡ ਹੈ ਜੀ, ਹਾਈ ਸਕੂਲ। ਕਿਆ ਬਾਤ, ਹਾਂ ਬਈ ਦਾਨੀ, ਕੀ ਹਿਸਾਬ ਕਿਤਾਬ ਹੈ ਅੱਜ ਦਾ ਮੈਚ ਦਾ? ਸੁਬਹਾ ਦੇ ਆਏ ਹੋਏ ਆ ਤੇ ਮੈਚ ਨਹੀਂ ਹੋਇਆ। ਅੱਛਾ, ਤੇ ਉਮੀਦ ਹੈਗੀ ਜਿੱਤਣ ਦੀ ਕਿ ਨਹੀਂ? ਉਮੀਦ ਹੈਗੀ, ਮੁਸ਼ਕਿਲ ਹੀ ਹੈ, ਮੁਸ਼ਕਿਲ ਹੈ। ਚਲੋ ਅੱਲਾ ਖੈਰ ਕਰੇਗਾ। ਰਾਣੇ ਦਾ ਇੰਟਰਵਿਊ ਲੈ ਲਾ, ਹੁਣ ਕੀ ਹੋਵੇ, ਮੈਂ ਖਰੀਦ ਦਿਆਂਗਾ।